हाँ जी भीर जी, सारे सत श्रीकाल जी। संदीप डेयरी फार्म जी, थोड़ा बहुत बहुत वेलकम है जी। आदि अपने विजिट है जी, पिंड पाखरपुर जी, जिला अमृतसर पैंदा, सील भी अमृतसर पैंती है। इन्हें भीर अगर वीडियो बनाई जी, आप वधिया पशु दे जी, तो केवल भीर ने गावें काम ही करते ज़्यादातर। तो अज फिर इन्हें कुछ पशु सेल है जी, तो आओ भीर ने गलबात करिए, इन्हें प्राइस की है तो की मिल्क रिकॉर्ड आ। उस तो पहले भीर जी रिक्वेस्ट कर, पहलों कि जोड़े भीर पहले वीडियो वेख रहे हैं उन्होंने मेरे रिक्वेस्ट है कि अपने चैनल सबसक्राइब कर जी, तो कंट्री बड़े जो दुबान तक नहीं दुबान भी जी। एक और रिक्वेस्ट आ, इतने आओ, एक टाइम दो टाइम चॉइस करो तो पास कर लैके जाओ भी जी। हर बार एक ही रिक्वेस्ट होंगी थोड़े अगे कि दो टाइम की चॉइस जरूर करो आके, ठीक है जी। एक दो बार वीडियो चैक करके फिर पशु खरीदो, ठीक है ना जी। हम बाई जी ने गलबात करिए। हाँ जी भाई, सत्या जी। सत्या जी, सत्या बाबा जी, ਹੋਰ ਵਧੀਆ ਚੱਲ ਰਿਹਾ ਕੰਮ ਜੀ? ਵਧੀਆ ਵਧੀਆ ਕਿਰਪਾ ਜੀ ਬਾਬੂ ਨੇ ਸਾਰੇ। ਚਲੋ ਚਲੋ ਬਸ ਵੀਰ, ਬਾਹਰ ਬੂਰ ਆਇਆ ਡਰੋਟ ਕਿ ਨਹੀਂ? ਅਜੇ ਬਾਹਰ ਬੂਰ ਦਾ ਹੁਣ ਗੁਜਰਾਤ ਦਾ ਚੱਲ ਪਿਆ ਕੰਮ ਜੀ। ਆ ਇਹਦੇ ਕਸ਼ਮੀਰ ਦਾ ਬੰਦ ਹੋ ਗਿਆ ਨਾ ਜੀ? ਹਾਂਜੀ, ਇੱਧਰ ਬੰਦ ਹੋ ਗਿਆ, ਯਾਤਰਾ ਚੱਲਣੀ ਨਾ ਤਾਂ ਕਰਕੇ ਬੰਦ ਹੋ ਗਿਆ ਗੁਜਰਾਤ ਦਾ ਆਪਣਾ। ਚੱਲ ਪਿਆ ਜੀ ਹੁਣ, ਕੱਲ੍ਹ ਪਰਸੋਂ ਦਾ ਬਹੁਤ ਫੋਨ ਆਉਣ ਡਿਆ, ਬੌਂਸ ਬੌਂਸ ਮਿਲ ਗਿਆ ਇੱਧਰ। ਅੱਛਾ ਜੀ, ਠੀਕ ਠੀਕ। ਅੱਜ ਦੋਵਾਂ ਤਿੰਨਾਂ ਜਣਾ ਗੱਡੀਆਂ ਭਰੀਆਂ ਵੀ ਆ। ਠੀਕ ਹੈ ਜੀ, ਪਹਿਲੇ ਬੰਦ ਸੀ ਗੁਜਰਾਤ? ਬੰਦ ਹੋ ਜਾਂਦਾ ਗਰਮੀ, ਫਿਰ ਥੋੜ੍ਹਾ ਜਿਹਾ ਗਰਮੀ ਬਹੁਤ ਪਈ ਨਾ। ਮੈਨੂੰ ਕਈ ਘਰ ਕਰਦੇ ਨੇ ਜੀ ਗੁਜਰਾਤ ਦਾ। ਹਾਂਜੀ, ਇੱਥੋਂ ਕਈ ਘਰ ਅੱਡੇ ਆ ਉੱਥੋਂ ਦੇ ਗੁਜਰਾਤ ਵਿੱਚ, ਮੈਂ ਕਈਆਂ ਘਰੇ ਅੱਡੇ ਆ। ਹਾਂਜੀ ਹਾਂਜੀ, ਬਹੁਤ ਅੱਡੇ ਵਧੀਆ ਬਣਾਏ ਆ ਜੀ ਆਪਣੇ ਬੰਦੇ ਸਾਰੇ ਉੱਥੇ। ਤੁਸੀਂ ਫਿਰ ਗੁਜਰਾਤ ਲੈ ਜਾਂਦੇ ਕਿ ਭਾਈ? ਆਪਾਂ ਕਦੀ ਗਏ ਨੇ ਆਪ। ਅੱਛਾ, ਤੁਸੀਂ ਮਾਲ ਬੰਦੇ ਸੱਜਣ ਉਹ ਲੈ ਜਾਂਦੇ ਤੁਹਾਡੇ? ਹਾਂ ਬਿਲਕੁਲ ਬਿਲਕੁਲ, ਸਾਰੇ ਵੀਰ ਭਰਾ ਕਰਦੇ। ਠੀਕ ਹੈ ਜੀ, ਤੇ ਆਪਣੇ ਕੋਲ ਕਿੰਨੀਆਂ ਗਾਵਾਂ ਜੀ ਅੱਜ? ਆਪਣੇ ਕੋਲ ਅੱਜ ਗਾਵਾਂ ਹੈਗੀਆਂ ਜੀ 4 ਤੇ 1 ਮਾਜੀ, 5 ਪਸ਼ੂ। ਚਲੋ ਪਸ਼ੂ ਆਦੀ ਫਿਰ ਤਾਂ ਕੱਲ ਹੁਣਗੀ। ਹਾਂ ਕੱਲ ਫਿਰ ਤੁਹਾਨੂੰ ਪਤਾ ਜੀ। ਹਾਂ, ਚਲੋ ਐਡਰੈਸ ਬੋਲ ਦੇ ਵੀਰ ਜੀ ਆਪਣਾ। ਐਡਰੈਸ ਵੀਰ ਜੀ, ਪਾਖਰਪੁਰਾ ਦੇ ਪਿੰਡ, ਹਾਂਜੀ, ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ। ਨਾਮ ਤੇ ਫੋਨ ਨੰਬਰ ਜੀ? ਨਾਮ ਜਗਦੀਪ ਸਿੰਘ ਜੀ, ਫੋਨ ਨੰਬਰ 98860 1272। ਇੱਕ ਫਿਰ ਬੋਲੋ ਜੀ, 98860 1272। ਇਹ ਨੰਬਰ ਵਟਸਐਪ? ਹਾਂਜੀ, ਇੱਥੇ ਵਟਸਐਪ। ਇਹ ਨੰਬਰ ਵਟਸਐਪ। ਇਹ ਸੂਆ ਕਿ ਨੰਬਰ ਜੀ? ਇਹ ਵੀਰ ਜੀ ਪਹਿਲਾਂ ਵਸੀ ਆ ਜੀ, ਜਰਸੀ ਸੂਈ ਹੈ ਜੀ? ਨਹੀਂ ਜੀ, ਇਹ ਤਿਆਰ ਹੀ ਅੱਜ ਭਾਵੇਂ ਸੂਪ ਹੈ। ਠੀਕ ਹੈ ਜੀ, 6 ਦੰਦ ਵਸੀ। ਓਕੇ, ਖੋਲੋ ਵੀਰ ਜੀ ਫਿਰ ਨੂੰ। ਆ ਦੇਖੋ ਜੀ, ਪਹਿਲਾ ਸੂਆ 6 ਦੰਦ, ਬਹੁਤ ਬਰੀਡ ਵਾਲੀ ਵੈੜ ਹੈ ਜੀ। ਆ ਦੇਖੋ, ਮੈਨੂੰ ਫੇਰ ਦਿਖਾਓ ਜੀ। ਆ ਦੇਖੋ ਜੀ, ਆ ਦੇਖੋ, ਬਹੁਤ ਸੋਹਣੀ ਵੈੜ ਹੈ ਜੀ। ਬਾਕੀ ਲੇਵਾ ਦੇਖੋ, ਲੇਵਾ ਬਹੁਤ ਸੋਹਣਾ। ਆ ਦੇਖੋ, ਤਾਂ ਬਾਈ ਜੀ ਫਿਰ ਕੀ ਉਮੀਦ ਕਰ ਰਹੇ? ਚਲੋ ਹੈ ਰਿਹਾ ਪਹਿਲੇ ਨਾ ਜੀ, ਦੱਸਣਾ ਜੀ ਉਮੀਦ ਆ, ਤੁਸੀਂ ਸਿਆਣੇ ਗੱਬੜ ਭਾਉਣਾ ਆਪਾਂ ਦੇ। ਬਿਲਕੁਲ ਬਿਲਕੁਲ, ਕੁਝ ਨਹੀਂ ਗਾ। ਲਿਆਓ ਲਿਆਓ ਜੀ, ਲਿਆਓ ਲੈ ਜਾਓ, ਇੱਕ ਦੋ ਦਿਨ ਜੀ ਲੈ ਹੀ ਆਊਗੀ ਮੇਰੇ ਸਾਹਮਣੇ। ਠੀਕ ਹੈ, ਉਹ ਵੀ ਸਕਦੀ ਤਿਆਰ ਹੈ ਜੀ। ਹਾਂਜੀ ਹਾਂ, ਬਿਲਕੁਲ, ਕੋਈ ਗੱਲ ਨਹੀਂ। ਪਚਵੰਜਾ ਕਰੀਏ ਤੇ 52 ਚ ਮੰਨ ਦਾਂਗੇ। 52 ਮੰਨ ਤਰ ਕਰਦਾ, 50000 ਦੀ ਵਸੀ ਦੇ, 50000 ਦੇ। ਬਿਲਕੁਲ ਜੀ, ਚਲੋ ਠੀਕ। ਇਧਰ ਆ, ਇਹ ਗੱਬਣ ਹੈ ਜੀ? ਇਹ ਵੀ ਗੱਬਣ ਦੇ ਵੀ ਜੀ। ਇਹ ਸੂਆ ਜੀ? ਇਹ ਸੂਆ ਵੀ ਜੀ ਤੀਜਾ ਹੋਊਗਾ, ਤੀਜਾ ਸੂਆ, ਤੀਜਾ ਗਿਆ ਘਰ ਆ ਰਿਹਾ ਨੇ। ਠੀਕ ਹੈ ਜੀ, ਉਹ ਚੰਗੀ ਤਰ੍ਹਾਂ ਇਹਦਾ ਰਿਕਾਰਡ ਘਰ ਆ ਰਿਹਾ, ਦੱਸਿਆ ਵੀ ਇਹ 12 ਮਿੰਟ ਲੱਗ ਗਏ ਸੂਏ ਦਾ। ਆ ਦੇਖੋ ਜੀ, ਇਹ ਅਭੀ ਇਹ ਹਫਤਾ ਲੱਗ ਜੀ, ਹੈ ਨਹੀਂ ਹਫਤਾ ਲੱਗ ਜੀ, ਇੱਕ ਹਫਤਾ ਲੱਗ ਗਿਆ ਜੀ। ਇਧਰ ਲਿਆਓ, ਆ ਦੇਖੋ ਜੀ, ਆ ਦੇਖੋ, ਸੋਹਣੀ ਬੈੜ ਹੈ ਜੀ, ਪੂਰੀ ਉੱਚੀ ਲੰਮੀ ਹੈ। ਆ ਦੇਖੋ, ਬਸ ਲਿਆਓ ਜੀ, ਲਿਆਓ 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 ਬਾਜੀ, ਲਿਆਓ। ਵੀਰ ਜੀ ਫਿਰ ਇਹਦੀ ਕੀਮਤ ਆ? ਇਹਦੀ ਕੀਮਤ ਵੀਰੇ ਭਾਂ ਕੀਮਤ ਇਹਦੀ ਭਾਂ 45 ਕਰੀਏ। ਹਾਂਜੀ, ਤੇ 42 ਜੇ ਮਾਰ ਦਾਂਗੇ, 40 ਦੀ ਦੇ ਦਾਂਗੇ, 40000 ਦੀ, 40 ਦੀ ਦੇ ਦਾਂਗੇ। ਚਲੋ ਠੀਕ, ਪੂਰੇ ਵਜਨ ਵਾਲੀ ਵਸੀ ਜੀ। ਠੀਕ ਹੈ ਜੀ, ਤੁਹਾਨੂੰ ਕਹੋ ਪੱਕੇ। ਠੀਕ, ਹਾਂਜੀ ਹਾਂ, ਇਹ ਵੀ ਗੱਬਣਾ ਜੀ? ਨਹੀਂ ਵੀਰ ਜੀ, ਇਹ ਸੂਈ ਹੈ, ਇਹ ਸੂਈ ਜੇ ਸੂਈ ਨੂੰ ਅੱਜ ਹੀ ਮੇਰੇ ਕੋਲ ਵਸੀ ਆਈ ਹੈ। ਠੀਕ ਹੈ ਜੀ, ਠੀਕ ਹੈ ਜੀ, ਤੇ ਸਵੇਰੇ ਚੋਗ ਆਈ ਨੇ ਵਿੱਚ। ਆ ਦੇਖੋ, ਹਾਂਜੀ, ਬਹੁਤ ਚੰਗੀ ਹੈ ਜੀ ਵਸੀ, ਠੰਡੀ ਤੂੰ ਐ ਚਵਾ ਝੂਠ ਬਿਲਕੁਲ ਵਧੀਆ ਜੀ, ਵਸੀ ਤੂੰ ਬਹੁਤ ਜਿਆਦਾ ਚੰਗੀ ਜੀ। ਤੁਸੀਂ ਵੇਖੋ ਕਿਦਾਂ ਤੋਰੋ, ਇਹ ਦੇਖੋ 12 ਲੀਟਰ ਸੰਦੀਪ ਨੇ ਠੰਡਾ ਕਰਕੇ ਦੋ, ਇਸ ਟਾਈਮ ਤਿਆਰ ਹੈ ਜੀ, ਬੱਚਾ 20-25 ਦਿਨਾਂ ਦੀ ਬੱਚੀ ਬੱਚੀ ਜੀ। ਆ ਦੇਖੋ ਜੀ, 12 ਕਿਲੋ ਤਿਆਰ ਹੈ ਜੀ। ਆ ਦੇਖੋ, ਸੋਹਣਾ ਲੇਵਾ ਜੀ, ਖਾਣਾ ਵੀ ਬਹੁਤ ਸੋਹਣਾ ਲੱਗਾ। ਆ ਦੇਖੋ, ਆ ਜਾਓ ਜੀ, ਆ ਜਾਓ,
ਬਾਜੀ ਫਰੇਂਦ ਕੀ ਮਾ ਜੀ ਇਹਦੀ ਕੀ ਤੋ ਖਰੀਦ ਤੇ ਜਾ ਜੀ ਆ ਹਾਂਜੀ ਮੱਛੀ ਤਾਂ ਦੱਸਿਆ ਮੀਆਂ ਕਿ ਦਿਨਾਂ ਦੀ ਸੂਈ ਆ ਦੁੱਧ 12 ਕਿਲੋ ਠੰਡਾ ਕਰਕੇ ਆਉਂਦੇ ਹੋ ਠੀਕ ਹੈ ਜੀ ਤੇ 38000 ਦੀ ਦਿੱਤਾਂਗਾ 38000 ਦੀ ਚਲੋ ਇੱਧਰ ਆ ਜਾ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਹੁੰਦੀ ਵੀਰੇ ਹੁਣੀ ਸੂਈ ਆ ਗਾਂ ਨੂੰ ਕੋਈ 2 ਘੰਟੇ ਹੋਏ ਆ ਤੇ ਜ਼ਹਿਰ ਨਹੀਂ ਪਈ ਹੈ ਜਣਾ 1:30 ਵਜੇ 1:30 ਵਜੇ ਗਾਂ ਸੂਈ ਠੀਕ ਹੈ ਜੀ ਹਾਂ ਇਹ ਜ਼ਹਿਰ ਪੈਣੀ ਹੈ ਬੱਚਾ ਕੀ ਜੀ ਬੱਚਾ ਆ ਗਿਆ ਜੀ ਬੱਚਾ ਆ ਗਿਆ ਤੇ ਕਿੰਨੇ ਕਿ ਦੁੱਧ ਲਈ ਹੈ ਜੀ ਦੁੱਧ ਵੀਰ ਜੀ ਗਾਂ ਪੋਦਾ ਨਹੀਂ ਤੇ ਚਲੋ 15 ਕਿਲੋ ਗਾਂ ਪਾਉਂਗੀ 15 ਕਿਲੋ ਹੈ ਜੀ ਆ ਦੇਖੋ ਜੀ ਬਹੁਤ ਸੋਹਣਾ ਖਾਣਾ ਤੇ ਸੀਲ ਠੰਡੀ ਬਹੁਤ ਜਦੀ ਆ ਠੀਕ ਹੈ ਜੀ ਖਾਣ ਤੋਂ ਸਹੀ ਬਿਲਕੁਲ ਜੀ ਖਾਣ ਵੀਰੇ ਮਗਰਲਾ ਖਾਣੇ ਦਾ ਥੋੜਾ ਘੱਟ ਨਿਕਲਣਾ ਅੱਛਾ ਇੱਧਰ ਲੈ ਜੀ ਇੱਧਰ ਨਾਲ ਪੈਣੀ ਵਾਲੇ ਬੰਦੇ ਨਾਲ ਠੀਕ ਹੈ ਜੀ ਬਹੁਤਾ ਫਰਕ ਨਹੀਂ ਦੂਗਾ ਖਾਣ ਦਾ ਬਹੁਤ ਜ਼ਿਆਦਾ ਨਹੀਂ ਅੱਛਾ ਜੀ ਸਵਾਦ ਕੋਈ ਪੂਰਾ ਹੋਵੇ ਠੀਕ ਠੀਕ ਹੈ ਧਾਰਾ ਘਟਾ ਧਾਰਾ ਘਟ ਨਿਕਲਣਾ ਆ ਦੇਖੋ ਜੀ ਬਹੁਤ ਸੋਹਣੀ ਗੱਲ ਆ ਵੀਰਾਂ ਨਾਲ ਸੱਚ ਬੋਲਿਆ ਤੇ ਖਾਣ ਘਟ ਨਹੀਂ ਬਿਲਕੁਲ ਭਾਜੀ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਠੰਡੀ ਬਹੁਤ ਜਲਦੀ ਹੋ ਜੀ ਬਿਲਕੁਲ ਆ ਜਾਓ ਵੀਰ ਜੀ ਫਰਿੰਦੀ ਕੀ ਮਾਦਾ ਹਾਂਜੀ ਤੈਨੂੰ ਪਤਾ ਸ਼ਾਈ ਵਾਲ ਕਿੱਦਾਂ ਦੀ ਹਾਂਜੀ 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 ਠੀਕ ਹੈ ਹੁਣ ਇਹ ਗਾਂ ਦੇ ਦਾਂਗੇ 30000 ਅੱਛਾ 30000 ਦੇ ਦੋਗੇ ਦੇਖੋ ਜੀ 30000 ਦੀ ਬਾਕੀ ਵੀਰ ਨੂੰ ਦੱਸਤਾ ਕਿ ਥਣ ਘੱਟ ਉਹ ਪਰਲਾ ਹਨਾ ਜੀ ਬਾਕੀ ਉਹੋ ਜੀ ਕੋਈ ਗੱਲ ਠੀਕ ਠੀਕ ਹੈ ਜੀ ਇੱਕ ਆ ਜੀ ਸੋਈ ਹੈ ਜੀ ਇਹ ਕਿੰਨੂੰ ਸੋਈ ਨੂੰ ਅੱਜ ਹੋ ਗਈ ਯਾਰ 15 ਦੇ ਨੂੰ ਬੱਚਾ ਜੀ ਉਹ ਤੇ ਦੇਖੋ 9 ਕਿਲੋ ਹਾਂਜੀ ਬੱਚਾ ਦਾ ਉਹ ਪਰ ਬੱਚੇ ਬੁੱਚੇ ਇਹਨਾਂ ਨਹੀਂ ਮਿਲਦੀ ਪਹਾੜੇ ਤੇ ਮਿਲਦੀ ਅੱਛਾ ਪਹਾੜੇ ਮੇ ਮੇਰੇ ਕੋ ਆ ਗਏ ਤੁਹਾਡੇ ਕੋਲ ਸੋਈ ਹੈ ਠੀਕ ਹੈ ਜੀ ਉਹ ਸੀਲ ਆ ਹਾਂ ਕੋਈ ਰਸੀ ਰੁਸੀ ਨਹੀਂ ਭਾਰਾ ਪਾ ਕੇ ਸੀ ਕੰਮ ਨਹੀਂ ਤੇ ਜਾਈ ਕੇ ਨਹੀਂ ਦਾਂਗੇ ਅੱਛਾ ਠੀਕ ਆ ਸਹੀ ਪਹਾੜੇ ਤੇ ਲੰਗਰ ਦੀ ਬਸ ਲਿਆ ਜੀ ਗਿਆ ਦੁੱਧ 9 ਕਿਲੋ ਪੱਕਾ ਠੀਕ ਹੈ ਜੀ ਤਾਂ ਕਿ ਦੁੱਧ ਕਰ ਦੀ ਕਿਹਾ ਮੈਂ ਠੀਕ ਹੈ ਜੀ ਨਾਲਾ ਮੂਲਾ ਕੱਲ ਦੀ ਮਾਰਾਂਗੇ ਦੇਂਦੀ ਕਿਵੇਂ ਫਿਰ ਜੀ ਕੀਮਤ ਕੋਈ 20000 ਦੀ ਦਿੱਤਾਂਗੇ 20000 ਦੀ ਹਾਂ ਚਲੋ ਇਹ ਸੋਈ ਆ ਮਾਜੀ ਜੀ ਗੱਬਣਾ ਨਹੀਂ ਗੱਬਣ ਹੈ ਜੀ ਮੱਜ ਪਿਆ ਗਿਆ ਦੂਜਾ ਸੋਆ ਛੋਟੀ ਹੈ ਠੀਕ ਦੂਜਾ ਸੋਆ ਹੈ ਜੀ ਠੀਕ ਆ ਉਹ ਵੀ ਇੱਕ ਦੋ ਦਿਨ ਇੱਕ ਦੋ ਦਿਨ ਲਊਗਾ ਜੀ ਖੋਲ ਲਓ ਜੀ ਮਾਣਾ ਜੀ ਦੁੱਧ ਕੱਟੀ 12 ਕਿਲੋ ਅੱਛਾ ਜੀ ਆ ਦੇਖੋ ਦੂਜਾ ਸੋਆ ਉਹਨੇ ਝੋਟੀ ਹੈ ਜੀ ਆ ਦੇਖੋ ਸਿੰਗ ਬਹੁਤ ਸੋਹਣਾ ਆ ਦੇਖੋ ਲਿਆਓ ਭਾਜੀ ਲਿਆਓ ਬਾਜੀ ਫਿਰ ਇਹਦੀ ਕੀਮਤ ਇਹਦੀ ਕੀਮਤ ਹੁੰਦੀ ਵੀਰੇ 75000 ਰੁਪਇਆ 72000 ਅਜੇ 72000 ਦੀ ਪਾ ਠੀਕ ਆਹੀ ਪਸ਼ੂ ਜੀ ਤਾਂ ਦੇਖੋ ਜੀ ਬਹੁਤ ਸੋਹਣਾ ਰੇਡੀ ਕੀਤਾ ਵੀਰਾਂ ਨੇ ਚੰਗੇ ਪਸ਼ੂ ਆ ਜੀ ਬਰੀਡ ਵਾਲੇ ਪਸ਼ੂ ਆ ਤੇ ਫਿਰ ਮੇਰਾ ਵੀਰ ਹੈ ਨਾ ਜੀ ਬਿਲਕੁਲ ਬਿਲਕੁਲ ਵੀਰ ਜੀ ਦੋ ਟਾਈਮ ਚਵਾਈ ਕਰੋ ਆ ਕੇ ਵੀਰ ਮੇਰਾ ਕੋਈ ਤਸੱਲੀ ਕਰਕੇ ਖੜੇ ਕੋਈ ਆਪਣੇ ਹਾਂਜੀ ਹਾਂਜੀ ਤੁਹਾਡੇ ਦੇ ਨਾਲ ਰਵੇ ਤਸੱਲੀ ਕਰਕੇ ਬਿਲਕੁਲ ਵੀਰ ਜੀ ਕੋਈ ਇੱਥੇ ਗੱਲ ਨਹੀਂ ਆਪਾਂ ਨੂੰ ਕੋਈ ਇੱਥੇ ਕੋਈ ਆ ਨਹੀਂ ਜਿਹਨੇ ਪੈਸੇ ਲਾਉਣੇ ਆ ਇੱਥੇ ਖੜੇ ਹਾਂਜੀ ਹਾਂਜੀ ਤੇ ਬਾਕੀ ਆ ਵਸੀ ਬਹੁਤ ਜਿਹੜੀ ਸਪੈਸ਼ਲ ਆ ਇਹ ਆ ਵੀ ਦੁੱਧ ਵਸੀ ਪਾ ਜੂਗੀ ਗਰਮੀ ਦਾ ਸੀਜ਼ਨ ਹੈ ਤਾਂ ਵੀ ਵਸੀ 17 ਹੋਣਾ ਕਿਲੋ ਦੁੱਧ ਪਾਓ ਠੀਕ ਠੀਕ ਆ ਜਾਣਾ ਪਾਓ ਠੀਕ ਰਾਤ ਨੂੰ ਚਲੋ ਨੰਬਰ ਬੋਲ ਦਿਓ ਵੀਰ ਜੀ ਆਪਣਾ ਫਿਰ ਨੰਬਰ ਵੀਰ ਜੀ 9886 ਤੇ 01272 ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ